ਜੀ ਸਤ ਸ੍ਰੀ ਅਕਾਲ ਜੀ ਫੋਰ ਸਭ ਠੀਕ ਠਾਕ ਹੋ ਮੈਂ ਜਤਿੰਦਰ ਸਿੰਘ ਖੈਰਾ ਤੇ ਤੁਸੀਂ ਦੇਖਦੇ ਪਈ ਯੂਰਪ ਤੋਂ ਪੰਜਾਬੀ ਚੈਨਲ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜੋ ਕਿ ਜਿੱਦਾਂ ਮੈਂ ਇੱਕ ਵੀਡੀਓ ਪਾਈ ਸੀ ਕੱਲ ਜਿੱਦਾਂ 9 ਮੰਥ ਵਾਲਿਆਂ ਵਾਸਤੇ ਜਿੱਦਾਂ ਅਪਡੇਟ ਲੈ ਕੇ ਤੇ ਉਹ ਜਿੱਦਾਂ ਆਪਣੇ ਕੁਝ ਵੀਰਾਂ ਦੇ ਜਿੱਦਾਂ ਮੈਸੇਜ ਆਏ ਨੇ ਕੁਝ ਨਹੀਂ ਕਹਿ ਸਕਦੇ ਬਹੁਤ ਹੀ ਜ਼ਿਆਦਾ ਆਏ ਵੈਸੇ ਤਾਂ ਮੈਸੇਜ ਤਾਂ ਜਿੱਦਾਂ ਘੱਟੋ-ਘੱਟ 80 ਦੇ ਲਾਗੇ ਬੰਨੇ ਆਏ ਨੇ ਤੇ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਇੰਨੇ ਮੈਸੇਜ ਆਉਣਗੇ ਜਿੱਦਾਂ ਲੈਂਗੁਏਜ ਦੀਆਂ ਵੀਡੀਓ ਪਾਈ ਦੀਆਂ ਤੇ ਉਹਨਾਂ ਦੇ ਵਿੱਚ ਤੇ ਮੇਰੇ ਸਾਬ ਨਾਲ 10 ਕੀ ਮੈਸੇਜ ਹੁੰਦੇ ਨੇ ਜਿੱਦਾਂ ਤੇ ਬਾਟਾ ਵਾਲੀ ਵੀਡੀਓ ਦੇ ਬਹੁਤ ਜ਼ਿਆਦਾ ਇੰਟਰਸਟ ਲਿਆ ਜਦਾਂ ਲੋਕਾਂ ਨੇ ਆਪਣੇ ਵੀਰਾਂ ਨੇ ਜੋ ਵੀ ਆਪਣੇ ਇੰਡੀਆ ਦੇ ਬੈਠੇ ਨੇ ਤੇ ਉਹ ਜਾਨੀ ਕਿ ਪੁੱਛਦੇ ਨੇ ਹਰ ਇੱਕ ਦਾ ਇਦਾਂ ਹੀ ਹੁੰਦੀ ਇਦਾਂ ਚਾਹਤ ਹੁੰਦੀ ਹੈ ਕਿ ਜਿੱਦਾਂ ਜਿਹੜੀ ਚੀਜ਼ ਉਹਨਾਂ ਨੂੰ ਜ਼ਿਆਦਾ ਜਿੱਦਾਂ ਚਾਹੁੰਦੇ ਨੇ ਜਿੱਦਾਂ ਲੋਕੀ ਉਹਨਾਂ ਨੂੰ ਜਿੱਦਾਂ ਜ਼ਿਆਦਾ ਭੱਜ ਕੇ ਲੈਂਦੇ ਨੇ ਠੀਕ ਹੈ ਮੈਂ ਤਾਂ ਵੈਸੇ ਵੀ ਵੀਡੀਓ ਪਾਈ ਹੋਈ ਸੀ ਬਟ ਮੈਸੇਜ ਦੇ ਕੇ ਤੇ ਬਟ ਜਿੱਦਾਂ ਵੀ ਹੁਣ ਵੀਰਾਂ ਦੇ ਮੈਸੇਜ ਹੋਰ ਜ਼ਿਆਦਾ ਆਏ ਤੇ ਮੈਂ ਹੋਰ ਜ਼ਿਆਦਾ ਕਨਫਿਊਜ਼ ਹੋ ਗਿਆ ਇਹਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਹੁਣ ਇਹਨਾਂ ਨੂੰ ਜਵਾਬ ਕਿਦਾਂ ਦਿੱਤਾ ਜਾਵੇ ਕਿਉਂਕਿ ਆਪਣੇ ਲੋਕ ਜਿਹੜੇ ਇੰਡੀਆ ਬੈਠੇ ਨੇ ਉਹਨਾਂ ਵਿਚਾਰਾਂ ਨੂੰ ਜਿੱਦਾਂ ਨਹੀਂ ਸਮਝ ਹੈਗੀ ਪੂਰੀ ਕਿ ਇੱਥੋਂ ਦਾ ਕੀ ਪ੍ਰੋਸੈਸ ਹੈ ਇਦਾਂ ਇੱਥੇ ਕਿਵੇਂ ਚੱਲਦਾ ਪਿਆ ਇਟਲੀ ਦੇ ਵਿੱਚ ਠੀਕ ਹੈ ਤੇ ਆਪਾਂ ਥੋੜੇ ਜਿਹੇ ਸਵਾਲਾਂ ਦੇ ਜਵਾਬ ਜਿਹੜੇ ਮੈਂ ਦਵਾਂਗਾ ਵੈਸੇ ਉਹਨਾਂ ਨੂੰ ਦਿੱਤੇ ਹੋਏ ਨੇ ਪਰ ਮੈਂ ਡਿਟੇਲ ਚ ਦੇਣਾ ਚਾਹੁੰਦਾ ਸਵਾਲਾਂ ਦੇ ਜਵਾਬ ਕਿਉਂਕਿ ਆਪਾਂ ਕੋਈ ਚੋਰੀ ਨਹੀਂ ਕੁਝ ਵੀ ਕਰਦੇ ਵੈ ਜੋ ਸੱਚ ਹੈ ਉਹੀ ਦੱਸਾਂਗੇ ਸੱਚ ਤੋਂ ਬਿਨਾ ਆਪਾਂ ਨਹੀਂ ਕੋਈ ਗਲਤ ਨਹੀਂਗਾ ਦੱਸਣਾ ਠੀਕ ਹੈ ਜੋ ਆਪਾਂ ਨੂੰ ਪਤਾ ਹੈ ਤੇ ਚਲੋ ਕਰਦੇ ਹਾਂ ਸ਼ੁਰੂ ਦਲਜੀਤ ਕੁਮਾਰ ਹੋ ਉਹਨਾਂ ਦਾ ਜਿੱਦਾਂ ਕੀ ਪ੍ਰੋਸੈਸ ਹੁੰਦਾ ਠੀਕ ਹੈ ਜੀ ਇਹ ਲਿਸਟ 'ਚ ਨੇਮ ਜਿਹੜੇ ਆਉਂਦੇ ਜਿੱਦਾਂ ਇਹਦੇ ਬਾਰੇ ਉਦਾਂ ਮੈਂ ਤਾਂ ਸੱਚੀ ਗੱਲ ਜਿਹੜੀ ਮੈਨੂੰ ਲੱਗਦੀ ਕਿ ਲਿਸਟੇ ਨੇਮ ਇਹ ਹੁੰਦਾ ਹੈ ਕਿ ਆਪਾਂ ਦਮਾਂਦਾ ਕਰਤਾ ਹੈ ਰਸੀਬ ਤਾਂ ਆਪ ਨੂੰ ਮਿਲ ਗਿਆ ਆਪਾਂ ਉੱਥੇ ਜਿੱਦਾਂ ਉਹਨਾਂ ਦੀ ਜੋ ਮੇਲ ਹੈ ਜੋ ਉਹਨਾਂ ਦੀ ਸੌਰੀ ਇਹ ਵੈਬਸਾਈਟ ਹੁੰਦੀ ਹੈ ਉਹਦੇ ਵਿੱਚ ਆਪਾਂ ਐਂਟਰ ਹੋ ਜਾਂਦੇ ਆ ਉਹਦੇ ਵਿੱਚ ਭਾਵੇਂ ਆਪਾਂ ਲੱਖਾਂ ਬੰਦਾ ਐਂਟਰ ਹੋ ਜਾਈਏ ਕੋਈ ਚੱਕਰ ਨਹੀਂ ਆਪਾਂ ਲਿਸਟ 'ਚ ਆ ਗਏ ਆ ਬਟ ਉਹਨਾਂ ਨੇ ਜਿਹੜੇ ਆ ਬੰਦੇ ਲੈਣੇ ਕਿਹੜੇ ਜਿਦਾਂ ਜਿਹੜਿਆਂ ਨੂੰ ਲੈਟਰ ਆ ਗਈ ਜਾਂ ਜਿਹੜੇ ਬੰਦਿਆਂ ਨੂੰ ਨੂਲਾ ਉਸਤਾ ਮਿਲ ਗਿਆ ਉਹ ਬੰਦੇ ਹੀ ਸਿਰਫ ਉਹਨਾਂ ਨੇ ਜਿੱਦਾਂ ਚੱਕਨੇ ਯਾਨੀ ਕਿ ਉਹਨਾਂ ਨੇ ਕੋਟਾ ਹੁੰਦਾ ਕੋਟੇ ਦੇ ਵਿੱਚ ਆਉਂਦੇ ਨੇ ਠੀਕ ਹੈ ਜੀ ਇਸ ਕਰਕੇ ਜਿੱਦਾਂ ਹੁਣ ਆ ਵੀਰ ਇਸੇ ਵੀਰ ਦਾ ਆਪਣੇ ਦਲਜੀਤ ਕੁਮਾਰ ਦਾ ਜਿੱਦਾਂ ਮੈਸੇਜ ਆਇਆ ਹੋਇਆ ਹੈ ਕਿ ਜਿੱਦਾਂ ਮਾਲਕ ਨੂੰ ਮੇਲ ਆ ਗਈ ਹੈ ਉਨਾ ਜਦੋਂ ਮੇਲ ਆ ਗਈ ਇਹ ਬਹੁਤ ਵਧੀਆ ਹੈ ਇਹ ਬਿਲਕੁਲ ਸਹੀ ਗੱਲ ਹੈ ਕਿ ਮੇਲ ਆਵੇਗੀ ਜਾਂ ਲੈਟਰ ਆਵੇਗਾ ਤੇ ਫੇਰ ਹੀ ਜਦੋਂ ਆਪਾਂ ਨੂੰ ਜਦੋਂ ਚਾਂਸ ਹੁੰਦੇ ਠੀਕ ਹੈ ਹੁਣ ਅੱਗੇ ਜਿਹੜੀ ਲਾਈਨ ਲਿਖੀ ਹੋਈ ਹੈ ਕਿ ਉਹਨਾਂ ਨੇ ਟੈਕਸ ਵੀ ਪੇ ਕੀਤਾ ਯਾਨੀ ਕਿ ਉਹਨਾਂ ਨੇ ਟੈਕਸ ਵੀ ਪੇ ਕੀਤਾ ਇਦਾਂ ਉਹ ਦੱਸ ਰਿਹਾ ਹੈ ਠੀਕ ਹੈ ਇਸ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਸੌਰੀ ਜਿੱਦਾਂ ਕਿਸੇ ਨੂੰ ਜੇ ਕੋਈ ਗਲਤ ਲੱਗਦਾ ਹੋ ਉਹਦੇ ਵਾਸਤੇ ਮੈਂ ਪਹਿਲਾਂ ਸੌਰੀ ਮੰਗਦਾ ਹਾਂ ਬਟ ਜੋ ਸਚਾਈ ਹੈ ਮੈਂ ਉਹ ਦੱਸਣੀ ਹੈ ਠੀਕ ਹੈ ਕਿਉਂਕਿ ਇਹਦੇ ਵਿੱਚ ਆਪਾਂ ਨੇਰੇ ਵਿੱਚ ਨਹੀਂ ਰੱਖਣਾ ਬੰਦੇ ਨੂੰ ਕਿਸੇ ਨੂੰ ਵੀ ਕਿਉਂ ਆਪਾਂ ਕੋਈ ਏਜੈਂਟੀ ਥੋੜਾ ਕਰਦੇ ਪਏ ਇਸ ਚੀਜ਼ ਦੀ ਇਸ ਕਰਕੇ ਆਪਾਂ ਸੱਚ ਜਿਹੜਾ ਦੱਸਣਾ ਕਿ ਜਿਹੜਾ ਟੈਕਸ ਹੈ ਨਾ ਟੈਕਸ ਆਪਾਂ ਪਹਿਲਾਂ ਪੇ ਨਹੀਂਗਾ ਕਰਨਾ ਟੈਕਸ ਆਪਾਂ ਉਦੋਂ ਪੇ ਕਰਨਾ ਸ਼ੁਰੂ ਹੁੰਦਾ ਹੈ ਜਦੋਂ ਆਪਣਾ ਇੱਕ ਕੁੰਤਰਾਤ ਤੋਂ ਦੀ ਲੋਵਰ ਹੋਣਾ ਹੁੰਦਾ ਉਹ ਕੁੰਤਰਾਤ ਤੇ ਲੋਵਰ ਕਦੋਂ ਹੋਣਾ ਹੁੰਦਾ ਵਾ ਉਹ ਕੁੰਤਰਾਤ ਤੋਂ ਲੋਵਰ ਜਦੋਂ ਤੁਸੀਂ ਇੰਡੀਆ ਤੋਂ ਇੱਥੇ ਆ ਜਾਂਦੇ ਜੇ ਤੇ ਇੱਥੇ ਆ ਕੇ ਜਦੋਂ ਪਰਫਾਤੂ ਤੁਸੀਂ ਅੱਠਾਂ ਦਰਾਂ ਦੇ ਵਿੱਚ ਐਂਟਰ ਹੋਣਾ ਹੁੰਦਾ ਤੇ ਉੱਥੇ ਜਿੱਦਾਂ ਆਪਾਂ ਨਾ ਇੱਕ ਸੈਨ ਹੁੰਦੇ ਆ ਜਦੋਂ ਕਿਟ ਬਣਾ ਹੀ ਦਿੰਦੇ ਆ ਉਸ ਦਿਨ ਤੋਂ ਆਪਣਾ ਸਟਾਰਟ ਹੋ ਜਾਂਦਾ ਕੁੰਤਰਾਤ ਤੋਂ ਉਸ ਦਿਨ ਤੋਂ ਆਪਣੇ ਜਿਹੜੇ ਆ ਉਹ ਜਿਹੜਾ ਟੈਕਸ ਹੈ ਉਹਦਾ ਪੇ ਕਰੀਦਾ ਠੀਕ ਹੈ ਜੀ ਤੇ ਜੇ ਕਿਸੇ ਨੂੰ ਕੁਝ ਗਲਤ ਲੱਗਦਾ ਹੋਵੇ ਕਿ ਸਾਡਾ ਜਿੱਦਾਂ ਕੋਈ ਪਰਦੇ ਖੋਲਦੇ ਪਏ ਨੇ ਉਹਦੇ ਵਾਸਤੇ ਮੈਂ ਪਹਿਲਾਂ ਸੌਰੀ ਮੰਗਦਾ ਪਿਆ ਬਾਰ-ਬਾਰ ਬਾਅਦ ਵਿੱਚ ਗੁੱਸਾ ਨਾ ਕਰੋ ਕਿਸੇ ਗੱਲ ਦਾ ਵੀ ਕਿਉਂ ਬਾਅਦ ਵਿੱਚ ਨਹੀਂ ਕਹਿਣਾ ਜਿੱਦਾਂ ਤੇ ਮੇਰੇ ਵੀਰ ਦਲਜੀਤ ਕੁਮਾਰ ਨੂੰ ਮੈਂ ਖਾਸ ਤੌਰ ਤੇ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਵੀਰ ਤੂੰ ਜਿੱਦਾਂ ਉਹਨਾਂ ਨਾਲ ਨਹੀਂ ਜਾ ਕੇ ਕੋਈ ਗੱਲਬਾਤ ਕਰਨੀ ਆਪਣੇ ਕੋਈ ਜੋ ਵੀ ਤੇਰੇ ਰਿਸ਼ਤੇਦਾਰ ਜਾਂ ਜਿਹੜੇ ਏਜੰਟ ਦੇ ਰਾਹੀਂ ਤੂੰ ਪੇਪਰ ਭਰੇ ਆ ਕਿਉਂਕਿ ਹੋ ਸਕਦਾ ਉਹ ਆਪਣੇ ਹਿਸਾਬ ਦੇ ਨਾਲ ਕੋਈ ਗੱਲਬਾਤ ਕਰਦਾ ਹੋਵੇ ਤੁਹਾਡੇ ਨਾਲ ਠੀਕ ਹੈ ਇਸ ਕਰਕੇ ਤੁਸੀਂ ਇਹ ਨਹੀਂ ਕਹਿਣਾ ਕਿ ਮੇਰਾ ਨਾਮ ਲੈ ਕੇ ਆ ਵੀਰ ਨੇ ਇਦਾਂ ਕਿਹਾ ਉਦਾਂ ਗਏ ਮੈਂ ਕਿਸੇ ਨੂੰ ਪੜਕਾਉ ਨਹੀਂ ਕਹਿ ਰਿਹਾ ਜਿੱਦਾਂ ਮੈਂ ਸਿਰਫ ਇਹ ਦੱਸਦਾ ਪਿਆ ਵੀਰ ਜੀ ਇਹ ਜਿਹੜੇ ਆਪਣੇ ਟੈਕਸ ਹੁੰਦਾ ਟੈਕਸ ਆਪਾਂ ਬਾਅਦ ਚ ਭਰਦੇ ਆ ਠੀਕ ਹੈ ਜੀ ਤੇ ਲਿਸਟ ਦੇ ਵਿੱਚ ਨਾਮ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਦਿੱਤਾ ਵੀਰ ਦਾ ਫਿਰ ਇਸੇ ਦਾ ਹੀ ਆਪਣੇ ਅੰਮਿਤ ਤਨਵਾਰ ਦਾ ਮੈਸੇਜ ਆਇਆ ਹੋਇਆ ਹੈ ਕਿ ਜਦੋਂ ਸਾਡਾ ਲਿਸਟ 'ਚ ਨਾਮ ਆ ਗਿਆ ਅੱਗੇ ਦਾ ਕੀ ਪ੍ਰੋਸੈਸ ਹੈ ਵੀਰ ਦੀ ਲਿਸਟ 'ਚ ਨਾਮ ਹੋਣ ਦਾ ਕੋਈ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਆਪਾਂ ਨੂੰ ਮਤਲਬ ਹੈ ਜਦੋਂ ਆਪਣੇ ਉਹ ਲੈਟਰ ਜਾਂ ਆਪਾਂ ਨੂੰ ਨੂ ਲਾਸਤਾ ਜਦੋਂ ਮਿਲ ਜਾਂਦਾ ਉਸ ਤੋਂ ਬਾਅਦ ਆਪਣਾ ਪ੍ਰੋਸੈਸ ਹੁੰਦਾ ਠੀਕ ਹੈ ਇਸ ਕਰਕੇ ਲਿਸਟ ਦੇ ਨਾਲ ਆਪਣਾ ਕੋਈ ਵੀ ਮਤਲਬ ਨਹੀਂ ਹੈਗਾ ਜਦਾਂ ਖਾਸ ਤੌਰ ਤੇ ਤੀਜੇ ਨੰਬਰ ਤੇ ਆਪਣਾ ਆ ਗਿਆ ਜੀ ਭਾਜੀ ਚੇਂਜ ਵਾਲੇ ਕਦ ਖੁੱਲਣਗੇ ਪੇਪਰ ਕਨਵਰਸ ਹੋਣੇ ਵਾਲੇ ਠੀਕ ਹੈ ਜੀ ਜਿਹੜੇ ਕਨਵਰਸ ਹੋਣੇ ਵਾਲੇ ਦਮਾਂਦੇ ਆ ਜਿਹੜੇ ਹੁੰਦੇ ਨਾ ਇਹ ਵੀਰ ਜੀ ਆਪਣੇ ਉਦੋਂ ਹੀ ਖੁੱਲਣੇ ਆ ਜਦੋਂ ਆਪਣੇ 9 ਮਹੀਨਿਆਂ ਵਾਲੇ ਪੇਪਰ ਖੁੱਲਣਗੇ ਉਹਨਾਂ ਦੇ ਨਾਲ ਜਿੱਦਾਂ ਇਹਨਾਂ ਦਾ ਵੀ ਇੱਕ ਕੋਟਾ ਹੁੰਦਾ ਹੈ ਇਸ ਕਰਕੇ ਤੁਸੀਂ ਵੇਟ ਕਰੋ ਜਦੋਂ ਵੀ ਖੁੱਲਗੇ ਕੁਲਬੀਰ ਸਿੰਘ ਜੀ ਜਦੋਂ ਵੀ ਖੁੱਲਗੇ ਉਸੇ ਵਕਤ ਆਪਾਂ ਤੁਹਾਨੂੰ ਦੱਸ ਦਾਂਗੇ ਠੀਕ ਹੈ ਅਸੀਂ ਵੀਡੀਓ ਇੱਕ ਫਿਰ ਜਿੱਦਾਂ ਅਪਲੋਡ ਕਰਾਂਗੇ ਨੈਕਸਟ ਆ ਗਿਆ ਆਪਣਾ ਏ ਵਿੱਕੀ 바ਵਾ ਵਿੱਕੀ 바ਵਾ ਵੀਰ ਜੀ ਹੋਣਾ ਨੇ ਆਪਾਂ ਨੂੰ ਕਿਹਾ ਹੈ ਕਿ ਵੀਰੇ 9 ਮੰਥ ਵਾਲੇ ਵੀਜ਼ਾ ਲਈ ਬਰ ਸਰਟੀਫਿਕੇਟ ਜ਼ਰੂਰੀ ਹੈ ਜਾਂ ਨਹੀਂ ਨਹੀਂ ਵੀਰ ਜੀ ਦੇ ਵਿੱਚ ਬਿਲਕੁਲ ਵੀ ਆਪਾਂ ਨੂੰ ਕਿਸੇ ਲੋੜ ਦੀ ਇਹ ਚੀਜ਼ ਦੀ ਲੋੜ ਨਹੀਂ ਹੁੰਦੀ ਜ਼ਿਆਦਾਤਰ ਆਪ ਤੁਹਾਡਾ ਪਾਸਪੋਰਟ origignal ਚਾਹੀਦਾ ਹੈ ਤੁਹਾਡਾ ਕੈਰੇਕਟਰ ਥੋੜਾ ਜਿਹਾ ਸਹੀ ਚਾਹੀਦਾ ਹੈ ਵੀ ਉੱਥੇ ਕੋਈ ਗਲਤ ਨਾ ਕੀਤਾ ਹੋਵੇ ਇਹ ਜਦੋਂ ਵੀਜ਼ਾ ਬਹੁਤ ਸੌਖਾ ਲੱਗ ਜਾਂਦਾ ਜਦੋਂ ਤੁਹਾਡਾ ਨੂੰ ਲਾਸਤਾ ਉੱਥੇ ਇੰਡੀਆ ਚੱਲ ਜਾਂਦਾ ਹੈ ਕੋਈ ਵੱਡੀ ਗੱਲ ਨਹੀਂ ਹੈ ਠੀਕ ਹੈ ਜੀ ਮੈਰਿਜ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਜਦੋਂ ਆਪਾਂ ਲਾਉਣਾ ਹੁੰਦਾ ਉਹ ਆਪਾਂ ਹੁੰਦਾ ਫੈਮਿਲੀ ਵਾਲਾ ਵੀਜ਼ ਜਿਹੜਾ ਵਾ ਬਰਥ ਸਰਟੀਫਿਕੇਟ ਇਹਦੇ ਵਾਸਤੇ ਆਪਾਂ ਨੂੰ ਜਦਾਂ ਇਹਦੀ ਨਹੀਂ ਕੋਈ ਲੋੜ ਹੈਗੀ 9 ਮਹੀਨੇ ਵਾਲਿਆਂ ਵਾਸਤੇ ਇਸ ਕਰਕੇ ਤੁਸੀਂ ਬੇਫਿਕਰੇ ਹੋ ਕੇ ਆ ਸਕਦੇ ਠੀਕ ਹੈ ਤੇ ਇਹ ਸੀਗੀ ਆਪਣੀ ਛੋਟੀ ਜਿਹੀ ਵੀਡੀਓ ਜੇ ਤਾਂ ਸਾਨੂੰ ਕੋਈ ਡਾਊਟ ਹੁੰਦਾ ਹੈ ਤਾਂ ਤੁਸੀਂ ਪੁੱਛ ਸਕਦੇ ਜੀ ਬਟ ਡਾਊਟ ਹੀ ਜਿੱਦਾਂ ਆਪਣਾ ਤੁਸੀਂ ਕਲੀਅਰ ਕਰਨਾ ਨਾ ਕਿ ਕਿਸੇ ਬੰਦੇ ਨਾਲ ਲੜਨਾ ਜਾਗੇ ਇਹ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਜੇ ਤੁਸੀਂ ਇਦਾਂ ਕਿਸੇ ਨਾਲ ਲੜੋਗੇ ਕੱਲ ਨੂੰ ਸਾਨੂੰ ਕਿਸੇ ਦਾ ਫੋਨ ਆਵੇ ਜਾਂ ਗੱਲਬਾਤ ਕੋਈ ਹੋਵੇ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋਗੇ ਕਿਉਂਕਿ ਮੈਂ ਸਾਫ਼ ਕਹਿਣਾ ਵਾਂ ਕਿ ਜਿਹੜੀ ਗੱਲ ਆਪਾਂ ਕਰਨੀ ਆ ਕਰਨੀ ਸਹੀ ਹੈ ਤੁਸੀਂ ਥੋੜੇ ਟੈਨਸ਼ਨ ਫਰੀ ਹੋ ਕੇ ਰਹੋ ਜਦ ਤੱਕ ਤੁਹਾਨੂੰ ਨੂ ਲਾਸਤਾ ਨਹੀਂ ਮਿਲਦਾ ਜਾਂ ਜਦ ਤੱਕ ਤੁਹਾਨੂੰ ਜਦੋਂ ਤੁਹਾਡਾ ਵੀਜਾ ਨਹੀਂ ਲੱਗਦਾ ਕਿਉਂਕਿ ਉਸ ਤੋਂ ਬਾਅਦ ਦੇ ਟੈਕਸਟ ਉਸ ਜਿਹੜੇ ਉਹ ਬਾਅਦ ਚ ਪੇ ਹੋਣੇ ਹੁੰਦੇ ਆ ਹਾਂ ਜੋ ਤੁਹਾਡਾ ਪਹਿਲਾਂ ਗੱਲ ਹੋ ਚੁੱਕੀ ਅਗਲੇ ਬੰਦਿਆਂ ਦੀ ਉਹ ਤਾਂ ਤੁਹਾਨੂੰ ਵੀਰ ਜੀ ਕਰਨੀ ਪੈਣੀ ਉਹ ਦੇਣੇ ਪੈਣੇ ਜੇ ਤੁਸੀਂ ਅਜਕਾ ਨਏ ਨਈ ਅਸੀਂ ਨਹੀਂ ਹੁਣ ਉਹਨੇ ਵੀਰ ਨੇ ਆ ਕਹਿਤਾ ਅਸੀਂ ਪੈਸੇ ਨਹੀਂ ਦੇਣੇ ਇਹ ਗੱਲ ਨਹੀਂ ਹੋ ਸਕਦੀ ਪੈਸੇ ਜਿਹੜੇ ਆਪਾਂ ਜੋ ਕਿਸੇ ਨਾਲ ਆਪਾਂ ਗੱਲ ਕੀਤੀ ਹੋਈ ਆ ਉਹ ਉਸੇ ਤਰੀਕੇ ਦੇ ਨਾਲ ਹੀ ਤੁਸੀਂ ਉਹਨਾਂ ਨੂੰ ਪੈਸੇ ਦੇਣੇ ਆ ਇਹ ਨਹੀਂ ਕਿ ਜਦੋਂ ਸੋਚਣਾ ਕਿ ਜਿਹੜੇ ਪੇਪਰ ਮਿਲ ਗਿਆ ਸੀ ਕਿਸੇ ਨੂੰ ਪੈਸੇ ਦੇਣੇ ਇਹ ਕੰਮ ਨਹੀਂ ਕਰਨਾ ਠੀਕ ਹੈ ਤੇ ਜੇ ਕੋਈ ਗੱਲਬਾਤ ਹੋਰ ਕੋਈ ਹੋਊਗੀ ਜਾਂ ਤੁਹਾਡੇ ਮੈਸੇਜ ਨਾ ਮਿਉਣਗੇ ਤਾਂ ਅਸੀਂ ਉਹਨਾਂ ਦਾ ਜਵਾਬ ਜ਼ਰੂਰ ਦਵਾਂਗੇ ਤੇ ਜੇ ਸਾਡੇ ਕੋਲ ਕੁਝ ਵੱਧ ਘੱਟ ਬੋਲੇਗਾ ਉਹਦੇ ਵਾਸਤੇ ਮੈਂ ਹੱਥ ਜੋੜ ਕੇ ਰਿਕਵੈਸਟ ਕਰਦਾ ਕਿ ਮਾਫ ਕਰਿਓ ਤੇ ਆਪਾਂ ਨੈਕਸਟ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਵੈਸੇ ਮੈਂ ਚੱਕਰਾਂ ਵਿੱਚ ਪੈਣਾ ਨਹੀਂ ਸੀ ਚਾਹੁੰਦਾ ਬਟ ਮੈਨੂੰ ਲੱਗਦਾ ਕਿ ਮੈਨੂੰ ਹੌਲੀ-ਹੌਲੀ ਇੰਨਾ ਵਿੱਚ ਤੁਸੀਂ ਜਿੱਦਾਂ ਧੱਕ ਰਹਿ ਜਾਈਦਾ ਕਿਉਂਕਿ ਤੁਸੀਂ ਮੈਸੇਜ ਇੰਨੇ ਜ਼ਿਆਦਾ ਕਰਦੇ ਪਏ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿਹੜੇ ਤਰੀਕੇ ਨਾਲ ਜਵਾਬ ਦਵਾਂ ਤੁਹਾਨੂੰ ਤੇ ਮੈਂ ਸੋਚਿਆ ਕਿਉਂ ਨਾ ਇੱਕ ਵੀਡੀਓ ਬਣਾਦਾ ਜਿਹਦੇ ਵਾਸਤੇ ਜਿਹੜੇ ਕਿ ਲਿਸਟ ਵਾਲੇ ਜਾਂ ਆਪਣੇ ਆ ਟੈਕਸ ਵਾਲੇ ਜਾਂ ਆਪਣੇ ਜਿਹੜੇ ਕਨਵਰਸੇਸ਼ਨ ਵਾਲੇ ਦਮਾਂਦੇ ਵਾਲੇ ਤੇ ਜਾਂ ਇਹਦੇ ਵਾਸਤੇ ਵਾਲਾ ਸਰਟੀਫਿਕੇਟ ਚਾਹੀਦਾ ਇਹਨਾਂ 4-5 ਚੀਜ਼ਾਂ ਦਾ ਤੁਹਾਨੂੰ ਜਿਹੜੇ ਡਿਟੇਲ ਦੇ ਦੱਸ ਦਿੱਤਾ ਇਹ ਦੱਸ ਦਿੱਤਾ ਜਾਵੇ ਤੇ ਜੇ ਵੀਡੀਓ ਚੰਗੀ ਲੱਗੀ ਪਲੀਸ ਲਾਈਕ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪੀਸ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਆਪਾਂ ਇਹੋ ਜੀਆਂ ਹੋਰ ਵੀਡੀਓ ਲੈ ਕੇ ਪੇਪਰਾਂ ਬਾਰੇ ਜਿੱਦਾਂ ਤੇ ਤੁਹਾਡੇ ਕੋਲ ਹਾਜ਼ਰ ਹੋਇਆ ਕਰਾਂਗੇ ਚਲੋ ਫਿਰ ਮਿਲਦੇ ਆ ਨੈਕਸਟ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ